चक ले हवा ले गया भाई। बाकी भाई सुख जट भी आया गन्ना भाई सकाता है ना पूरा है ना लगातार हरियाली चमक रही है साजरे उठ के है ही लिखते मिलनी यार क्या बीजे कंडे ला लो जे बूटी ला लो अपने चोई करके माड़ी अपा नू नहीं ऊं जिगर टोबे वास्ते ठीक है पानी पी जांदी पानी पींदी बहुत पानी दी खपती दी ताही खेतां में आई जांदा दा पानी ताही है क्या भाई बोलना कुछ है कोई जान पहचान दा बंदा शायद ओही ता शायद भी इग्नोर करो भाई जबड़िया मारदा हुण तां बाकी भाई देखदे हां पानी चकाउणा प्रेस शुरू आ गन्ने लाउणा पानी देखदे क्या बनदा चक ले भाई चक्के भाई औखा ही हट गया फिर हवा ले गया हवा चल भाई संघर्ष है भी कितना दा पचवंजा हजार पानी मिल
ਚਾਚਾ ਜੀ ਬਾਲਟੀ ਨੀ ਕਰੀ ਉਹਦੀ ਬੁਲਰ ਪਟਾਏ ਆ ਕਹਿ ਤੇਰਾ ਸੌਦਾ ਕਰਾਇਆ ਭਾਈ ਕਾਹਦੀ ਬਾਲਟੀ ਵੀ ਹਾਰਿਆ ਹੋਇਆ खेती बाड़ी बंदा कमा क्या छड़े चल आहो चल आया बंद शर्त चक्कर काम थोक कर दा फिर मेरी निकले करता बंदा मुड़के फिर जोर लाके काम कर नहीं होया चल कर लग गए तीज दिन गेड़ा हुंदा उत्थे नूं भी देखा करना कहे जा मारा देखी हूं भाई भाई चक तो लिया और रेह ना भाई बस पानी चक लिया हूं जाके देख दो नके चाहे पानी लो जी पहुंच गए गन्ने को देखो भाई गन्ना पैन सोकया है फिर भी गन्ना फिर भी दिल कि कद कर लागे लागे पूरा कर आ गया पानी भाई ये टोबे को आंदा भाई ਗਾਹਾਂ ਨੂੰ ਜਿਹੜਾ ਗੰਨਾ ਹੋਇਆ ਲਾਹੇ ਦਾ ਬਸ ਕੋਈ ਠੇਕਾ ਨਹੀਂ ਕੋਈ ਕੁਛ ਨਹੀਂ ਦਾ ਉਹਨੂੰ ਕਹਿਣਾ ਭਾਈ ਅੱਧ ਅੱਧ ਕਰ ਲਿਆ ਬਣਾ ਹੈ ਕਿ ਨਹੀਂ ਜਿਹੜਾ ਹੋਇਆ ਖਰਚਾ ਅੱਧ ਕਰ ਲੈਣਾ ਚੱਲ ਗੇਰਨਾ ਤਾਂ ਹੁਣ ਇੱਕ ਲੋਕ ਸਮਝ ਬਾਈ ਸਭਾ ਹੈਗੀ ਆ 26 27 28 ਦੀ ਉਹ ਆ ਤੇ ਆਪਾਂ 26 ਹਾਂ 26 ਨੂੰ ਆਪਾਂ ਉੱਥੇ ਪਹੁੰਚ ਜਾਣਾ 10 11 ਵਜੇ ਬਾਈ ਪਹੁੰਚ ਜਾਣਾ ਅਸੀਂ 26 ਨੂੰ ਸੱਜ ਦੀ ਪਹੁੰਚ ਜਾਣਾ ਸਭਾ ਵਾਲੇ ਆਂਦੇ ਡੇਰੇ ਦੇ ਸਾਹਮਣੇ ਆਪਣਾ ਲੰਗਰ ਹਾਂ ਨੂਰ ਮਹਿਲ ਰਿਆਸੀ ਦੇ ਸਾਹਮਣੇ ਰਿਆਸੀ ਬਾਈ ਉਹ ਸਾਹਮਣੇ ਆਂ ਉਹਦੇ ਸਾਹਮਣੇ ਉਹਦੇ ਫਰੰਟ ਤੇ ਆ ਤੇ ਬਾਕੀ ਇਹ ਬਹੁਤ ਮੈਸੇਜ ਆਇਆ ਵਿੱਚ ਵੀ ਸਾਨੂੰ ਪਤਾ ਨਹੀਂ ਸਭਾ ਦਾ ਤਾਂ ਮੈਂ ਭਾਈ ਦੱਸ ਰਿਹਾ ਬਾਕੀ ਤਾਂ ਜਿਹੜੇ ਆਪਣੇ ਲੋਕਲ ਆ ਨਾ ਸਭ ਨੂੰ ਪਤਾ ਹੀ ਹੁੰਦਾ ਕਿੰਨੇ ਦੀ ਆ ਬਾਕੀ ਇਹ ਭਾਈ ਭੱਟਾ ਸਾਹਿਬ ਵੀ ਜਾਣਾ ਅਸੀਂ ਚਮਕੌਰ ਸਾਹਿਬ ਵੀ ਜਾਣਾ ਉੱਥੇ ਐ ਵੀ ਟਰੈਕਟਰ ਟਰੈਕਟਰ ਲੈ ਕੇ ਜਾਉਂਗੇ ਆਪਾਂ ਚਮਕੌਰ ਸਾਹਿਬ ਭੱਟਾ ਸਾਹਿਬ ਮੋਟਰਸਾਈਕਲ ਪਰ ਚਲੇ ਜਾਣਾ ਬਾਕੀ ਉੱਥੇ ਫਿਰ ਲੰਘ ਜਾਣੀ ਆ ਫਤਿਹਗੜ੍ਹ ਸਾਹਿਬ ਤਾਂ ਟਰਾਲੀਆਂ ਤਿੰਨ ਜਾਉਂਗੀਆਂ ਉੱਧਰ ਵਿਹਲੇ ਹੋਏ ਆ ਗੰਨੇ ਨੂੰ ਪਾਣੀ ਗੰਨੇ ਦੇ ਬਾਅਦ ਪਰਤੀਆਂ ਆਣੀਆਂ ਪਰਤੀਆਂ ਦੀ ਛਲਾਈ ਕਿਉਂਕਿ ਸਾਨੂੰ ਆਏ ਆ ਵੀ ਸਭਾ ਤੇ ਪਹਿਲਾਂ ਪਹਿਲਾਂ ਆਪਾਂ ਲੰਗਰ ਲਾਉਣਾ ਬੜੀ ਸਭਾ ਨੂੰ ਵੀ ਤੇ ਪਹਿਲਾਂ ਪਹਿਲਾਂ ਨਵੇੜ ਦੀ ਜਿਹੜੀਆਂ ਹੈਗੀਆਂ ਉਹਦੇ ਹਲੇ ਕਣਕ ਬੀਜਣੀ ਆ ਜੱਗੀ ਵਾਲਾ ਨਵੇੜਿਆ ਸਾਹਿਬ ਜੀ ਉਹ ਤੇ ਭੇਜਿਆ ਵਿੱਚ ਜਿਹੜੇ ਬੰਦੇ ਭਾਈ ਉੱਥੇ ਆਉਂਗੇ ਤੇ ਭਾਈ ਬੇਨਤੀ ਹੈ ਸਾਡੇ ਨਾਲ ਸੇਵਾ ਵੀ ਕਰਾਇਓ ਭਾਈ ਹਾਂ ਸੇਵਾ ਵਾਲੀ ਵੀ ਜ਼ਰੂਰ ਬੇਨਤੀ ਆ ਹੈਨਾ ਜਿਹੜਾ ਵੀ ਉੱਥੇ ਆਇਆ ਹੋਊਗਾ ਜਿਹੜੇ ਆਉਣਾ ਜਿਨ੍ਹਾਂ ਨੇ ਵੀ ਸੇਵਾ ਜ਼ਰੂਰ ਕਰਾਇਓ ਭਾਈ ਤੇ ਸਾਡੇ ਕੋਲ ਜਿਹੜਾ ਸਮਾਨ ਆ ਉਹ ਬਹੁਤ ਹੁੰਦਾ ਏ ਸੇਵਾਦਾਰ ਘੱਟ ਹੁੰਦੇ ਸੇਵਾਦਾਰ ਘੱਟ ਜਾਂਦੇ ਆ ਫਿਰ ਮੈਂ ਵੀ 10 12 13 ਜਾਣੇ ਹੁੰਦੇ ਨੇ ਪਰ ਸੇਵਾਦਾਰ ਫੇਰ ਹੀ ਪੂਰੇ ਨਹੀਂ ਹੁੰਦੇ ਹੈਗੇ ਸਾਡੇ ਹਾਂ ਉਹ ਖਪਤ ਬਹੁਤ ਹੁੰਦੀ ਆ ਹਾਂ ਖੜਤ ਪੈ ਜਾਂਦੀ ਆ ਸਾਲਾ ਸਵਾਰੇ ਯਾਰ ਪਹਿਲਾਂ ਦੇਖਤਾ ਸਾਲਾ ਦੇ ਕਿੱਡਾ ਚੌੜਾ ਕਰਤਾ ਹੂੰ ਨਾ ਵਧੀਆ ਇੱਕ ਜੜਾਂ ਆਤੀਆਂ ਨਾ ਉਰੇ ਕੋਈ ਇੱਕ ਲਾਈਨ ਉਹਦੀ ਹੋਰ ਲਾ ਦੇਣੀ 2-4 ਸਾਲ ਨੂੰ ਫੇਰ ਤਿਆਰ ਹੋ ਜਾਣੀ ਉਹ ਬੂਟਿਆਂ ਦੇ ਨਾਲੇ ਵਿੱਚ ਵਾਲਿਆਂ ਦੇ ਹੋਰ ਭਾਈ ਲੱਗਾ ਕਰਨ ਸਪਰੇ ਹੋਰ ਚਾਚੇ ਹੁਣ ਕਰੀਏ ਭਈਏ ਕਹਿੰਦੇ ਆ ਭਈਏ ਯਾਰ 4000 ਤੇ ਕੋਈ ਟੁੱਟਦਾ ਹੀ ਨਹੀਂ ਹੈਗਾ ਮੈਂ ਕਿਹਾ ਮੇਰਾ 6000 ਰੁਪਿਆ ਲੈ ਲੈਣਾ ਵੀ ਉਹੀ ਚੱਲ ਹੋਰ ਕੰਮ ਲਾ ਦੂੰਗੇ ਕੋਈ ਪੈਸੇ ਦੋ ਕਿਹੜੀ ਲੱਗਾ ਕਰਨ ਇਹ ਟੌਪਕ ਐ ਦੋ ਕਿਹੜੀਆਂ ਪੁੜੀਆਂ ਪਾਈਆਂ 1.5 ਕਿੱਲੇ ਦਾ ਇਹ ਕਿੱਲਾ ਆਪਣਾ 2 ਕਿੱਲਿਆਂ ਦਾ ਮਾਲ ਲੈ ਆਇਆ ਮੈਂ 1.5 ਕਿੱਲੇ ਕਾਇ ਪੁੜੀਆਂ ਦੋ ਪਾਉਂਗਾ ਪੰਪ 'ਚ ਪੰਪ 'ਚ ਨਹੀਂ ਮੈਂ ਇਕੱਠੀ ਘੋਲਦੀ 8 ਪੰਪਾਂ ਦੀ ਬਾ ਠੀਕ ਐ 8 ਦੀ ਘੋਲਦੀ ਤੇ ਬਾਕੀ ਜਿਹੜੇ 4 ਪੁੜੀਆਂ ਰੱਖਦੀਆਂ ਉਹ ਕਹਿੰਦਾ 12 ਕਰਦੀ ਇਹਨੇ ਕੁਝ ਨਹੀਂ ਕਹਿਣਾ ਸਰ ਉਹਨੂੰ ਹਾਂ ਸਮਝਿਆ
फटे टाइम बहुत बाकी मोटर करके घूमती रड़े खेत में जा बदल भाई जी हो है मौसम खराब होगा सब थी मेन दिखती है कर दे ये ना घट मरिया उस तो बाद दो पुड़िया फेर मारे इधर कुछ नहीं कहना इन्हें आप पंप चक लेने रत्त चल दया नहीं भैया मतलब 30 रुपये पंप वधिया आप कर लूगा बहुत वधिया सत श्रीकाल जी मैं लगे हुए मशीन की बढ़ाई कर भी थोनू पता ही एक रिश्तेदारी जी डैथ हुई तो उधर रुल जाए थोड़ा जहा कम कल भोग पैना अज उधर भी सब्जी भाजी दवा के आया सारा कुछ कराया भी फिर इधर नठ भाज थोड़ा जहा लेट हो जाते कम अज भी शाम उ पहुँचना जी कल भोग पैना खंडवर साहब आरंभ कराए हुए उदे करके पाठिया की जिम्मेवारी अपनी है थोड़ी भी बाकी चलता जी कम कणक में भी पानी लाया जी नठ भाजी खासी हुई इन्होंने दिनों कणक में दूआ पानी लग गया सुक गई थी ज्यादा नहीं मंग दी दूआ पानी हूँ स्परे करा जी दू एक आलू चंगे हो गए है जी आलू वधिया हो गए आलू वधिया हो गए आलू हूँ पानी लगना कोरा लग गया पैण जे हूँ बरसीन तेन कट के लाना ना पानी फिर बरसीन गिरता बरसीन हो गया बड़ा ज्यादा भी हूँ आ रह गया एक दिन का कल ला देना यह कह रहे थे जो बढ़े हुआ ये करके मैं ना करके रुकया वादा दो दिन लंघ गए दो दिन कोहरा पै गया भी चल ला देना कोहरे का यह नहीं पता जो थोड़ा जहा बद पै गया उन्हें एक दिन च फूक देना फिर हूँ ये गल अपना देख साल का पूरा सर जाता इन्ने गले एंड च जाके जे कि लेने पे पाँच चार किलो लेने पैदे है नहीं एन वधिया सरदा ये अद्धे च गठे ला देने आलू पट के पनीरी बीजी भी तैयार है अद्धे मूंगी ला देनी है जा गठे ने जड़ फड़ लेनी है उदे विच भी मूंगी ला देनी है गठे भी हो जाते हैं साल की मूंगी हो जाती है तैयार 15 किलो के गेट च मूंगी हो जाती है हाथों गफड़ियाँ तोड़ लीनिया भी इन्नी क जगह बदल जानी मेहनत करनी पैंदी ज़्यादा ये रहना पैंता फिर ता हुंदा हुण डैडी यही काम भरा फिर असीं तां रुक जांदे भी कोई गल आप तीन थैले मुल ले लूंगे कहिंदे नहीं इत्थे वेहले ने करना फलाना धमका हूँ तीन झटा च लाया भाई आलू पहला एक बीजे तो जमे ही नहीं है अकड़े कटे वे फिर बीज होर लिया हूँ देखा बीज होर एंड बीज होर लगे होर है हले होर है एंड च होर है चार किस्म का बीज लगे वै आलू का सरों भी ठीक हो चंगी निकले सरों भी
ਵੀ ਆਲੂ ਘਰਾਂ ਪਏ ਤੇ ਇਹ ਬਹੁਤ ਜੰਮੇ ਪਏ ਤੇ ਤਿੰਨ ਡੋਲਾਂ ਲਾਤੀਆਂ ਆ ਵੀ ਹੋਰ ਹੈ ਹਾਂ ਉਹਦੇ ਬਾਅਦ ਫਿਰ ਇੱਥੇ ਲੈ ਲਿਆ ਕਿਸੇ ਰੇੜੀ ਵਾਲੇ ਤੇ ਆ ਬੀਜ ਵਧੀਆ ਲੱਗਦਾ ਮੈਨੂੰ ਦਸਰੇ ਵਾਲਾ ਉਹ ਬੀਜ ਉਹ ਤੇ ਲਿਆਂਦਾ ਦਾ ਖਾਲਸਾ ਤੇ ਮੈਂ ਉਹ ਵੀ ਸਭ ਤੋਂ ਵਧੀਆ ਜਿਹੜਾ ਡਾਇਮੰਡ ਰੂਮਡ ਕਹਿੰਦੇ ਕਿਹੜਾ ਉਹ ਹੈ ਉਹਦਾ ਬੀਜ ਰੱਖੀ ਵੀ ਜਿਹੜਾ ਡਾਇਮੰਡ ਹੁਣ ਇਹ ਚਾਰ ਕਿਸਮਾਂ 'ਚ ਬੀਜਿਆ ਹੁਣ ਪੈਂਦਾ ਕੋਰਾ ਇਹਨੂੰ ਲੱਗਣਾ ਹੁਣ ਪਾਣੀ ਪਾਣੀ ਤਾਂ ਲੱਗਣੀ ਆ ਬਾਈ ਪਾਣੀ ਜੇ ਕਾਰਜ ਨੂੰ ਕੱਢਦਾ ਗਿਰਦਾ ਬਰਸੀਨ ਹੁਣ ਆ ਕੱਲ ਮੁੱਕ ਜਾਣਾ ਇਹ ਨੂੰ ਕੱਢੂਗੇ ਫਿਰ ਆਹ ਇਹ ਕਹਿ ਰਹੇ ਨਾਲੇ ਪਾਣੀ ਲੱਗ ਜੂ ਨਾਲੇ ਪਾਣੀ ਪਾਣੀ ਤੇ ਮੈਂ ਲਾ ਵੀ ਦਿੱਤਾ ਦਾ ਪਾਣੀ ਕੇ ਬਰਸੀਨ ਉੱਠਿਆ ਨਹੀਂ ਪਾਣੀ ਉੱਠ ਸਕਦਾ ਬਰਸੀਨ ਸਰੋਂ ਦੇਖ ਲਾ ਮਤ ਹੋਏਗੀ ਪੂਰੀ ਹਾਂ ਸਰੋਂ ਬਾਈ ਤੇਰੇ ਵਾਲੀ ਮਿਲ ਗਈ ਪਾਣੀ ਲਾ ਦੇ ਹੁਣ ਸਰੋਂ ਲੱਗਦਾ ਯਾਰ ਕੱਲ ਲਾ ਦਵਾਂ ਸਰੋਂ ਨਾ ਪੀਲੀ ਹੋਣ ਲੱਗੀ ਖੜ ਗਈ ਇੱਕ ਜੜ ਉਹਦੀ ਪੋਲੀ ਹਲੇ ਪਾਣੀ ਲੱਗੇ ਹੁਣ ਦੇਖ ਯਾਰ ਕਿਆ ਕੰਮ ਜੜ ਬਣਾ ਲਈ ਰੰਗ ਦੇ ਕਿਆ ਜਾ ਬਣ ਗਿਆ ਐ ਚੱਲ ਇੱਕ ਦਿਨ ਦੀ ਬਜਾਈ ਆਪਣੀ ਕੱਲ ਨੂੰ ਲਾ ਦੇਣਾ ਮੈਂ ਸ਼ਾਮ ਨੂੰ ਬੀਜੀਆ ਤੇ ਸਵੇਰੇ ਬੀਜੀਆ ਕੱਲ ਨੂੰ ਲਾ ਦਿੰਦਾ ਫਿਰ ਥੱਲੇ ਮੈਂ ਵੀ ਦੇਖਿਆ ਪੱਤਾ ਪੀਲਾ ਹੋਣ ਲੱਗ ਗਿਆ ਪੀਲਾ ਹੋਣ ਲੱਗ ਗਿਆ ਉਹ ਮੇਰੀ ਵੀ ਇੱਕਣ ਦੀ ਆਂਟੇਟਾ ਹੋ ਜਾਂਦਾ ਬੂਟਾ ਹੁਣ ਪਾਣੀ ਲੱਗੇ ਜੜ ਫੜ ਲਈ ਉਹਨਾਂ ਚੰਗੀ ਤਰ੍ਹਾਂ ਕਾਇਮ ਹੋ ਗਿਆ ਹੋਰ ਬਾ ਦੇਖ ਲੈ ਰੇਤ ਚ ਕੋਈ ਨੀ ਪਾਇਆ ਜਦੇ ਜਿਹੜਾ ਪਾਤਾ ਤੇ ਯੂਰੀਆ ਕੈਲਕੇਟ ਹੋ ਗਿਆ ਤਾਂ ਪਕਾ ਜੰਮਣੀ ਨੀ ਉਹੀ ਪਿਆ ਵਾਲਾ ਕੱਲ ਯੂਰੀਆ ਛਿੱਟਾ ਮਾਰਿਆ ਉਹਨੇ ਇੱਕ ਵਾਰ ਵਧੀਆ 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 ਭਾਈ ਖੇਤ ਪਾਉਣ ਚੱਲਿਆ ਹੁਣ ਕਿਹੜਾ ਕਣਕ ਬੀਜਣੇ ਨੂੰ ਜਬੀ ਵਾਲਾ ਅੱਛਾ ਅੱਛਾ ਉੱਥੇ ਜਿੰਨੀ ਹੋਈ ਜਬੀ ਜਬੀ ਹੋ ਗਈ ਭਾਈ ਮੈਂ ਕਹਿੰਦਾ 50 ਦਾ ਇੱਕ ਗੇੜਾ ਦੱਸਦਾ ਸਾਹਿਬ ਜੀ ਉਹ ਤੇ ਮੈਂ ਤਾਂ ਪਰਚੀ ਵੀ ਨਹੀਂ ਦੇਖੀ ਹੈਗੀ 30-35 ਇੱਕ ਦੱਸਦਾ ਤਾ 85 ਹੋ ਗਈ ਹਾਂ 85 ਕੁਇੰਟਲ ਹੋ ਗਈ ਹਾਂ 270 ਨੂੰ ਲਾ ਲਾ ਹੁਣ 270 ਨੂੰ 200 ਨੂੰ ਲਾ ਲਾ 370 ਨੂੰ ਹੋਣੀ ਹੈ ਚੱਲ 200 ਨੂੰ ਲਾ ਲਾ ਨਹੀਂ 370 ਹੈ ਕਿ 270 ਹੈ ਉਦੋਂ ਤੋਂ 300 ਕੁਛ ਦੱਸ ਉਹ ਤਾਂ ਥੱਲੇ ਆ ਗਿਆ ਰੇਟ ਬਹੁਤ ਹੁਣ ਉਹ ਤੇ ਵੀ ਘਟ ਗਿਆ ਅੱਛਾ ਜਬੀ ਜਾਂਦੀ ਬਹੁਤ ਹੈ 200 ਨੂੰ ਲਾਈ ਜਾਂਦੀ 17,000 ਦੀ ਹੋ ਗਈ ਮਾਂ ਇੰਨੇ ਦੀ ਹੋ ਗਈ ਹੁਣ ਕਣਕ ਆਪਣੀ ਫੇਰ ਹੋ ਜਾਣੀ ਹਾਂ ਯਾਨੀ ਖਰਚਾ ਕੱਢ ਕੇ 17,000 ਦੀ ਹੋ ਗਈ ਹਾਂ ਠੀਕ ਹੈ ਉਹਦੇ ਬਾਅਦ ਚੱਲ ਹੁਣ ਦੂਜੀ ਜਬੀ ਵੀ ਤਿਆਰ ਹੋ ਜਾਂਦੀ ਐਲੜੀ ਹੋ ਗਈ ਥੋੜੀ ਐਲੜੀ ਆਹੋ ਇਹ ਇੱਥੇ ਆ ਗਈ ਉਹ ਠੀਕ ਹੈ ਉਹ ਵੀ ਤਿਆਰ ਹੋ ਜਾਣੀ 200 ਗੰਨਾ ਬੀਜਣਾ ਫਿਰ ਉਹਦੇ ਮਾ ਗੰਨਾ ਇਹਦੇ ਮਾ ਵੀ ਗੰਨਾ ਬੀਜਣਾ ਇੱਕ ਖੇਤ 'ਚ ਇੱਕ 'ਚ ਕਣਕ ਬੀਜਣੀ ਹੈ ਦੋ ਖੇਤ ਕਿਹੜੇ ਇਹ ਇੱਕ ਤਾਂ ਪਰਾਂ ਭਿੰਡੀ ਵਾਲਾ ਹੀ ਹੋ ਗਿਆ ਅੱਛਾ 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 ਇੱਕ ਇੱਧਰ ਬੂਲਣ ਵਾਲਾ ਦਾ ਠੀਕ ਠੀਕ ਹੋਰ ਸਾਲੀ ਸੌਰਾ ਜਾਣੀ ਸੀ ਬੂਲਣ ਦਾ ਬਹੁਤ ਫਰਕ ਪੈਂਦਾ ਬਾਈ ਹਾਂ ਸੌਰਾ ਬਹੁਤ ਮਾਰਦਾ ਸੌਰਾ ਦਾ ਸਾਲਾ ਪੱਤਾ ਗਿਰ ਗਿਆ ਬਹੁਤ ਵਿੱਚ ਸੌਰਾ ਦਾ ਹੁਣ ਸੌਰਾ ਮਾਰਦਾ ਕਰੀਆਂ ਵੀ ਆ ਰਹੇ ਨੇ ਸੌਰਾ ਕਰਦਾ ਤਾਂ ਹੈਗਾ ਉਹ ਇੱਕ ਤਾਂ ਜਿੰਮਣਾ ਜਿਵੇਂ ਸਿੱਧੀ ਹੋ ਗਈ ਉਹ ਪਹਿਲਾਂ ਹੀ ਚੱਲ ਇੰਨਾ ਸ਼ੁਕਰ ਗਿਰੀ ਨਹੀਂ ਉੱਥੇ ਉਹ ਜਿਹੜਾ ਪਿੰਡੀ ਵਾਲਾ ਉਹ ਚ ਮੈਂ ਗੰਨਾ ਬੀਜੂਗਾ ਪਰ ਉਹਦੋਂ ਵੀ ਗੰਨਾ ਬੀਜਣਾ ਠੀਕ ਸਭ ਬਾਕੀ ਸਾਰੇ ਗੰਨਾ ਹੋ ਗਿਆ ਉੱਥੇ ਛੋਟੇ ਉਰਲੇ ਤੇ ਜਬੀ ਵਾਲੇ ਤੇ ਸਾਰੇ ਗੰਨਾ ਹੋ ਜਾਣਾ ਠੀਕ ਬਾਕੀ ਹੋਰ ਦੇਖਦੇ ਆ ਭਾਈ ਕਿਤੇ ਜੇ ਮਿਲ ਗਈ ਠੇਕੇ ਪਰ ਹੋਰ ਗੰਨਾ ਕਰਨਾ ਆਪਾਂ ਨੇ ਅੱਛਾ ਵਧਾ ਦੇਣੇ 7-8 ਕਿੱਲੇ ਕਰ ਲੈ ਜਾਣਾ ਸੂਈ ਠੀਕ ਹੈ ਠੀਕ ਹੈ ਹੋਰ ਕਿਆ ਆਹੋ ਜੇ ਕੰਮ ਕਰਨਾ ਫਿਰ ਇੱਕ ਚੰਗੀ ਤਰ੍ਹਾਂ ਕਰੋ ਹਾਂ ਇੱਕ ਪਾਸੇ ਰਹਿੰਦਾ ਬੰਦਾ ਫਿਰ ਨਾ ਨਾ ਠੀਕ ਹੈ ਹਾਂ 4 ਪੈਸੇ ਬਣਦੇ ਹੀ ਐ ਮਿਹਨਤ ਨੂੰ ਯਾਰ ਸਭ ਕੁਝ ਹੈ ਮਿਹਨਤ ਤਾਂ ਹੈਗਾ ਯਾਰ ਮਿਹਨਤ ਕਰੋ ਸਭ ਕੁਝ ਮਹਾਰਾਜ ਦਿੰਦਾ ਹੈ ਬਸ ਜਲੋ ਨਾ ਇੱਕ ਨੂੰ ਦੇਖ ਕੇ ਮਿਹਨਤ ਠੀਕ ਨਹੀਂ ਗੱਲ ਮੈਂ ਵੀ ਰੀਸ ਕਰੋ ਨਹੀਂ ਰੀਸ ਕਰਨੀ ਚਾਹੀਦੀ ਯਾਰ ਹਾਂ ਰੀਸ ਕਰੋ ਜੇ ਕੋਈ ਚੰਗਾ ਕੰਮ ਕਰਦਾ ਤੇ ਰੀਸ ਕਰੋ ਜਲੋ ਨਾ ਬਸ ਹੁਣ ਹੈ ਕਿ ਨਹੀਂ ਬਾਕੀ ਤੇਰਾ ਹੁਣ ਮੇਰੀ ਗੱਲ ਸੁਣ ਲਾ ਹੁਣ ਕਿੰਨੀ ਨੱਠ ਭੱਜ ਕਰਦੇ ਆਪਾਂ ਤਾਂ ਹੀ 4 ਪੈਸੇ ਬਣਦੇ ਆ 4 ਪੈਸੇ ਬਣਦੇ ਜੇ ਹੁਣ ਬੈਠ ਕੇ ਬਹਿ ਗਏ ਮਿੰਜੇ ਪਰ ਉੱਥੇ ਲਿਟ ਕੇ ਚਲੇ ਗਏ ਕਿੱਥੇ ਦੇ ਆਉਣੇ ਆ ਹੁਣ ਦੇਖ ਸਵੇਰ ਦੇ 1 ਮਿੰਟ ਨਹੀਂ ਖੜਿਆ 200-150 ਦਾ ਪੈਟਰੋਲ ਫੂਕ ਦਿੰਦੇ ਸੀ ਰੋਜ਼ ਯਾਰ ਹੁਣ ਮਿਹਨਤ ਹੈ ਇਹੀ ਤੂੰ ਇੱਥੇ ਮਿੰਜੇ ਪਏ ਆ ਰਿਹਾ ਤਾਂ ਭਈਏ ਨੂੰ 400 ਰੁਪਏ ਦਾ 500 ਪੱਲੇ ਦੇਣਾ ਪੈਣਾ ਹੋਰ ਕੰਮ ਭਈਏ ਨੇ ਪਿਆਹੀ ਕਰਨਾ ਦਾ ਫਿਰ ਆਸੇ ਪੈ ਕੇ ਬਿਮਾਰੀਆਂ ਲਾਉਣੀ ਹੁੰਦੀਆਂ ਨਾਲੇ ਖਰਚਾ ਕਰਨ ਦਾ ਹੋਰ ਹੁਣ ਨਾਲੇ ਸਾਲਾ ਸਰੀਰ ਫੁੱਲ ਵਰਗਾ ਹਲੋ ਰਿਹਾ ਤਾਂ ਨਾਲੇ ਕੰਮ ਨਾ ਨੀਂਦ ਬਹੁਤ ਵਧੀਆ ਆਉਂਦੀ ਹੈ ਨੀਂਦ ਵੀ ਵਧੀਆ ਆਉਂਦੀ ਰਾਤ ਨੂੰ ਸੱਕਿਆ ਮੈਨੂੰ ਨਾਲੇ ਆਪਣੇ ਹੱਥੀ ਕੰਮ ਕਰਨਾ ਯਾਰ ਉਹ ਹੈ ਤਸੱਲੀ ਤੇ ਹੈਗੀ ਆਪਣੇ ਕੰਮ ਜਿਹੜਾ ਕਰਿਆ ਹੋਰ ਕਿਆ ਜਿਹੜਾ ਹੁਣ ਦੂਏ ਦੇ ਉਹਦੇ ਉੱਪਰ ਹੈ ਫਿਰ ਉਹ ਤੈਨੂੰ ਪਤਾ ਹੀ ਹੈ ਇਹਨਾਂ ਤੇ ਬਹੁਤ ਗੁੱਲੀ ਡਾ ਹੋਊਗਾ ਯਾਰ ਗੁੱਲੀ ਡੰਡਾ ਹੂੰ ਗੁੱਲੀ ਡੰਡਾ ਤਾਂ ਨਹੀਂ ਇੰਨਾ ਹੈਗਾ ਗੁੱਲੀ ਡੰਡਾ ਹੀ ਆ ਹੋਰ ਕਿਆ ਹੁਣ ਜੰਮੇ ਪਾਣੀ ਦੇ ਬਾਅਦ ਜੰਮੇ ਆ ਲੈ ਲੈ ਦੇਖ ਤਾਂ ਇਹ ਗੁੱਲੀ ਡੰਡਾ ਸਪਰੇ ਕਰਨੀ ਕਰੀ ਕੁਰੀ ਮੈਨੂੰ ਚਾਹੀਦੀ ਆ ਹੁਣ ਇਹਦੇ ਉੱਪਰ ਇਹਨੇ ਜਿਆਦਾ ਚੜ ਜਾਣਾ ਫਿਰ ਨਾਲੇ ਬੱਤ ਹੈ ਸਪਰੇ ਪਰ ਹੁਣ ਸਪਰੇ ਪਰ ਇਹ ਆ ਦੂਆ ਵਿੱਚ ਬਹੁਤ ਸਮਾਨ ਆ ਸੈਂਜੀ ਬਹੁਤ ਹੋ ਗਈ ਸੈਂਜੀ ਬਹੁਤ ਹੋ ਗਈ ਹਾਂ ਹਾਂ ਚੌੜੇ ਪੱਤੇ ਵਾਲੀ ਜਿੰਨਾ ਗੁੱਲੀ ਡੰਡਾ ਉਨੀ ਸੈਂਜੀ ਹੈ ਉਨੀ ਹੈ ਕਣਕ ਵੀ ਉਨੀ ਹੈ ਇਹ ਸਾਰਾ ਖੇਤ ਬਦਲ ਹੋ ਗਿਆ ਸਲਮਾ ਬਰਾਬਰ ਹੈ ਹੈਨਾ ਚਲ ਆ ਜਾ ਸਪਰੇ ਹਾਂ ਚੱਕ ਦਿੰਦੇ ਕੰਮ ਕਰਦੀ ਹਾਂ ਹੈਲੋ ਲੋ ਜੀ ਝੱਲੀਆਂ ਪਹੁੰਚ ਗਏ ਜੀ ਖੇਤਾਂ 'ਚ ਸ਼ਾਮ ਦਾ ਟਾਈਮ ਹੋ ਗਿਆ ਅਤੇ ਵਾਹੁਣ ਆਇਆ ਬਾਈ ਉਹਦੇ 'ਚ ਆਪਾਂ ਨੇ ਕਣਕ ਬੀਜਣੀ ਹੈ ਜੀ ਜਬੀ ਵੱਢ ਕੇ ਆਪਾਂ ਨੇ ਜਿਹੜੀ ਗੇਰੀ ਆ ਉਹਦੇ 'ਚ ਆਪਾਂ ਨੇ ਹੁਣ ਬੀਜਣੀ ਬਾਈ ਕਣਕ ਅਤੇ ਥੋੜ੍ਹੀ ਜਿਹੀ ਬਾਈ ਇਹ ਖੇਤ ਮੈਂ ਆਪਣੀ ਜਬੀ ਘੱਟੇ ਹੋਈ ਆ ਕਿਉਂਕਿ ਦੋਵੇਂ ਪਾਸੇ ਸ਼ੌਰਾ ਇੱਧਰ ਵੀ ਸ਼ੌਰਾ ਹੈ ਉੱਧਰ ਵੀ ਸ਼ੌਰਾ ਪੱਤਾ ਦੇਖੋ ਕਿਹੜੇ ਹਿਸਾਬ 'ਤੇ ਆ ਵੀਰੇ ਉਹਦੇ ਕਰਕੇ ਹੀ ਆਪਾਂ ਨੇ ਜਬੀ ਬੀਜੀ ਤੀ ਪਹਿਲਾਂ ਵੀ ਕਣਕ ਦੱਬ ਲੈਣੀ ਪੱਤੇ ਨੇ ਹੁਣ ਆਪਾਂ ਨੇ ਇਹਨੂੰ ਵਾਹ ਦੇਣਾ ਉਹ ਪਰਦੀ ਜਮੀ ਤਾਂ ਬਾਈ ਆਪਾਂ ਨੇ ਇਸ ਤਰ੍ਹਾਂ ਹੀ ਰੱਖ ਲੈਣੀ ਕਿਉਂਕਿ ਉਹਦੇ 'ਚ ਗੰਨਾ ਲਾਉਣਾ ਹੈ ਜੇ ਵਾਹ ਕੇ ਬੀਜਣੀ ਹੋਈ ਤਾਂ ਵੀ ਦੇਖ ਲਾਂਗੇ ਬਾਪੂ ਨਾਲ ਜਿੱਦਾਂ ਸਲਾਹ ਹੋਈ ਬਾਕੀ ਪਿਛਲੇ ਸਾਲ ਅਸੀਂ ਐਂ ਰੱਖੀ
भी बाई नहीं तो हैगी फिर भी पूरी हो गई थी जबी अपनी क्योंकि वो फिर खर्चा बच जाता बीज बूज का डाए का यूरिया ही पैना है। बाकी आ भी तैयार है बस 15 दिन तक आ तैयार हो जाने ये बई अपनी उत्थे वाली जबी है जी आह रहा अपनी बई 20,000 के गेड़ होगी रेट के हिसाब ना पई है। हाँ ये अपनी पई है तो वह खेत चो अपनी ज़्यादा जबी हुई बई उच्चों पौने 2 बीघे जगह उच्चों अपनी 50 क्विंटल जबी होगी पौने 2 बीघे चो तो ये जो आह देख ला हूँ तो बूटिया का छोरा ही बहुत है ये 3 बीघे जगह है ये 31 क्विंटल हुई है क्योंकि छिद्दी होगी ये बूटिया करके पत्ता गिरी खेत ही फर्क नहीं छोरा ना हो गए हूँ आ गन्ना है इन छोरा नहीं कोई गन्ने इधर फिर वह बूटिया का दो पासे छोरा उरे उरे मूहरे मूहरे थी जबी पर छिद्दी जी होती इनू हूँ देखी दी पूरी निकलनी आ खिच जबी क्योंकि इन्हें छोरा नहीं ना खेत में यह भी तैयार है हूँ 270 रुपये रेट था जानू ये तैयार होनी है जानू 200 हो जाना 215 भी घटता जाई जाता रेट भी आप फिर देखते हैं जो जबी बीजने हुई बीज देंगे क्योंकि ये लेट हो गया थोड़ा जहाँ की काम पिछले साल लोट आ गया था इन्हें काम हूँ इनू देखते इनू बाँदे आ बई फिर ये भी कणक बीजिए हूँ क्योंकि लेट हों जाता काम खबरे रौनियों करना पैना हाले जो गिल निकलूगी तो है बापू ने कहता है तो मैं पानी ला दी उन्हें पानी लाया ही नहीं है आयो वड हो गई है हूँ मैं सुके लगते हैं खेत जो बाके डौलों पा के रौनी ना करना पैंते बाहे तो पता लगेगा भी कि गिल निकल जे तो निकला ही फिर तो कलू बीज देनी नहीं फिर लेट बीजा गुरनाम सिंह तवियां फिर आ गई ਤੇ ਇਹ ਬਹੁਤ ਟੌਪ ਦੀਆਂ ਬਾਈ ਇਹ ਹੋਰ ਕੰਮ ਕਰਨਾ ਇੱਕ ਵਿਗੇ ਹਾਂ ਬਾ ਇਹੀ ਰੜਕ ਹੈ ਮੇਰੇ ਕੋਲ ਹੁਣ ਹਾਂ ਠੀਕ ਆ ਤਵੀਆਂ ਲੈਣੀਆਂ ਹੁਣ ਤਾਂ ਰੱਬ ਸੁੱਕ ਰੱਖੇ ਤਵੀਆਂ ਇਹੀ ਨਹੀਂ ਲਵਿਆ ਮੈਂ ਕਹਿੰਦਾ ਨਾ ਸਸਤੀਆਂ ਨਾਲ ਹਨ ਜਿਹੀਆਂ ਜਾਂ ਮਰਜ਼ੀ ਹੋਵੇ ਤਵੀਆਂ ਲੈਣੀਆਂ ਹੁਣ ਬਸ ਹੋਰ ਸਾਰਾ ਮਹਾਰਾਜ ਨੇ ਕਿਰਪਾ ਕਰੀ ਵੀ ਸਾਰਾ ਸਮਾਨ ਵਧੀਆ ਆਪਣੇ ਤਵੀਆਂ ਆ ਠੀਕ ਆ ਇਹ ਜੀਆਂ ਚਾਇਆ ਕਮੀਆਂ ਨਾਲੇ ਸਸਤੀਆਂ ਇਹ ਪਟਾਈਆਂ ਪਟਾਈ ਬਹੁਤ ਕਰਦੀਆਂ ਰੇ ਵਧੀਆ ਜਿਹਾ ਤਵੀਆਂ ਲੱਗਦਾ ਹੈ ਇੰਨਾ ਪੈਸਾ ਲਾਉਂਗੇ ਨਾ ਤਾਂ ਚੱਕ ਨਹੀਂ ਦਿੰਦੇ ਹਾਂ ਬਾਬਿਆਂ ਦੀ ਕਿਰਪਾ ਰਹੀ ਆਇਓ ਕਣਕ ਵਾਲੇ ਜਿਹੜੇ ਇਹਦੇ ਵਾਲੇ ਵੱਢ ਆ ਆਪਣੇ ਧਾਨਾਂ ਤੇ ਪਹਿਲਾਂ ਬਾਉਣੇ ਆਪਣੀਆਂ ਤਵੀਆਂ ਨਾਲ ਬਾਉਣੇ ਆ ਮਹਾਰਾਜ ਦੀ ਕਿਰਪਾ ਹੋਵੇ ਬਾਕੀ ਹਲੇ ਪਤਾ ਕੁਝ ਨਹੀਂ ਹੈਗਾ ਕਿਉਂਕਿ ਆਪਾਂ ਕੌਣ ਹੁੰਦੇ ਮਹਾਰਾਜ ਜੇ ਕਣਕ ਚ ਚੰਗੀ ਹੋਈ ਪੱਤਰ ਲੈ ਹੋ ਜਾਣੀ ਆ ਨਹੀਂ ਲੈ ਫਿਰ ਹੋਣੇ ਵਾਲਾ ਜੇ ਕਣਕ ਚੰਗੀ ਲੱਗੀ ਆ ਕਿ ਕਣਕ ਵਾਲੇ ਜਿਹੜੇ ਵੱਢ ਆ ਧਾਨਾਂ ਵਾਸਤੇ ਬਾਉਣੇ ਆ ਉਹ ਆਪਣੀਆਂ ਤਵੀਆਂ